Thank you.
ਕਿਛ ਥਿਰ ਨਾ ਰਹਾਈ, ਦੇਖਤ ਨੈਣ ਚਲਿਓ ਜਗ ਜਾਈ, ਸਤਿਗੁਰ ਕਨ ਕਿਰਪਾ ਉਸ ਵਿਛੜੀ ਆਤਮਾ ਦਾ ਨਿਵਾਸ ਦੀਪ ਨਿਲਕਾਰ ਲਈ ਆਪਣੇ ਚਰਨਾਂ 'ਚ ਰੱਖਣ ਅਤੇ ਪਿਛੇ ਪਰਿਵਾਰ ਨੂੰ ਭਾਣਾ ਮਾਤਾ ਬਲ ਬਖਸ਼ਣ, ਸੌ ਇਤਨੀ ਖਾਸ ਜੀ ਪ੍ਰਵਾਨ ਕਰਨੀ ਜੀ, ਹੋਈਆਂ ਬਿੰਦ ਭੁੱਲਾਂ ਦੀ ਮਾਫ਼ੀ ਬਖਸ਼ਣੀ, ਆਓ ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਬਾਬਾ ਸਾਰੇ ਪਾਵਨ ਦਰਬਾਰ ਵਿਖੇ ਗੁਰੂ ਸਾਹਿਬਾਂ ਦੀ ਗੁਰਮਤਿ ਅਨੁਸਾਰ ਸਮਾਂ ਨਿਭਾਈਆਂ ਜਾ ਰਹੀਆਂ ਨੇ। ਜਿਸ ਵੇਲੇ ਮਨੁੱਖ ਸਰੀਰ ਛੱਡਦਾ ਹੈ ਅਤੇ ਗੁਰਮਤਿ ਅਨੁਸਾਰ ਜੋ ਸਾਨੂੰ ਗੁਰੂ ਸਾਹਿਬਾਂ ਨੇ ਸਾਨੂੰ ਉਹ ਮਰਯਾਦਾ ਦਰਸ਼ਨਾ ਕੀਤੀ ਕਿ ਜਿਸ ਵੇਲੇ ਪ੍ਰਾਣੀ ਚੜ੍ਹਾਈ ਕਰ ਜਾਵੇ, ਪਰਿਵਾਰ ਨੂੰ ਛੋੜਾ ਦੇ ਜਾਵੇ ਅਤੇ ਉਹਦੀਆਂ ਰਸਮਾਂ ਆਪਾਂ ਕਿੱਦਾਂ ਨਿਭਾਉਣੀਆਂ ਨੇ। ਅੰਤੇ ਸਤਿਗੁਰੂ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ ਸਿੱਖੋ। ਮੈਂ ਆਪ ਜੀ ਨੂੰ ਇਹ ਬਚਨ ਦੱਸਦਾ ਕਿ ਆਪਾਂ ਹੋਰ ਪਾਸੇ ਕਿਤੇ ਨਹੀਂ ਜਾਣਾ ਅਤੇ ਕੇਵਲ ਪਰਮੇਸ਼ੁਰ ਦੀ ਬਾਣੀ ਪੜ੍ਹ ਕੇ ਪਰਮੇਸ਼ੁਰ ਦਾ ਧੰਨਵਾਦ ਸ਼ੁਕਰਾਨਾ ਕਰਨਾ ਹੈ ਭਾਈ, ਜੋ ਆਪਾਂ ਅੰਤਿਮ ਰਸਮਾਂ ਨਿਭਾਉਣ ਵਾਸਤੇ ਸਾਰੇ ਹੀ ਪਾਵਨ ਦਰਬਾਰ ਵਿਖੇ ਸਮੂਹ ਪਰਿਵਾਰ ਦੇ ਰਿਸ਼ਤੇਦਾਰ ਅਤੇ ਸਮੂਹ ਪਰਿਵਾਰ ਨੇ ਹਾਜ਼ਰੀਆਂ ਭਰੀਆਂ। ਆਹ ਹੁਣ ਪੰਨ ਦੇ ਮਹਾਨ ਸਤਿਕਾਰਯੋਗ ਰਾਗੀ ਜਥਾ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ, ਸਾਬਕਾ ਸ੍ਰੀ ਹਜ਼ੂਰ ਸਾਹਿਬ ਦਰਬਾਰ ਸਾਹਿਬ ਵਾਲੇ, ਜੋ ਆਪ ਜੀ ਨੂੰ ਪਾਵਨ ਦਰਬਾਰ ਵਿਖੇ ਅਰਬੀ ਅਰਾਬਾਈ ਬਾਣੀ ਦਾ ਕੀਰਤਨ ਕਰਨ ਕਰਾਉਣਗੇ। ਸਵਾ ਤਿੰਨ ਵਜੇ ਤੱਕ ਇਹਨਾਂ ਨੇ ਹਾਜ਼ਰੀ ਭਰਨੀ ਹੈ। ਸਰਬੱਤ ਸੰਗਤਾਂ ਨੇ ਬੇਨਤੀ ਹੈ ਕਿ ਭਾਈ ਬੱਚਿਆਂ ਨੇ ਸ਼ਬਦ ਪੜ੍ਹਨਾ ਹੈ, ਹੋਰ ਵੀ ਸਾਡੇ ਪਾਸ ਜੋ ਰਾਗੀ ਜਥਾ ਪਹੁੰਚੇ ਉਹਨਾਂ ਵੀ ਹਾਜ਼ਰੀਆਂ ਭਰਨੀਆਂ ਨੇ। ਆਪਾਂ ਸਾਰਿਆਂ ਨੇ ਸਮੇਂ ਦੀ ਟਾਈਮ ਦੀ ਵੰਡ ਕਰਕੇ ਜ਼ਰੂਰ ਹੀ ਪਾਵਨ ਦਰਬਾਰ ਵਿਖੇ ਹਾਜ਼ਰ ਲਵਾ ਕੇ ਗੁਰੂ ਸਾਹਿਬਾਂ ਕੇ ਅਰਦਾਸ ਬੇਨਤੀ ਕਰਨੀ, ਦਿਓ ਸੱਜਣ ਅਸੀਸੜੀਆਂ ਜੋ ਹੋਵੇ ਸਹਿਬ ਸੋ ਮੇਲ, ਪਰਮੇਸ਼ੁਰ ਦੀ ਬਾਣੀ ਪੜ੍ਹਦੀ ਸ਼ਬਦ ਦੀ ਵਿਚਾਰ ਕਰਨੀ ਹੈ ਭਾਈ। ਆਹ ਹੁਣ ਜੋ ਸਟੇਜ 'ਤੇ ਸੂਭਨੀਕ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨਾਂ ਪਾਸੋਂ ਆਪਾਂ ਸਰਬੱਤ ਸੰਗਤਾਂ ਨੇ ਅਰਬੀ ਲਾਹੀ ਬਾਣੀ ਦਾ ਸੀ ਕੀਰਤਨ ਸਰਾਉਣਾ। ਜਿਨ੍ਹਾਂ 'ਚ ਲੰਗਰ ਪਾਣੀ ਨਹੀਂ ਛਕਿਆ ਉਹਨਾਂ ਨੂੰ ਬੇਨਤੀ ਹੈ ਕਿ ਲੰਗਰ ਪਾਣੀ ਚੱਲ ਰਿਹਾ ਹੈ ਉਹ ਲੰਗਰ ਪਾਣੀ ਛਕ ਕੇ ਪਾਵਨ ਦਰਬਾਰ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨ। ਫਿਰ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਹੋਵੇਗੀ। ਸਮੂਹ ਸਾਧ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਹਰ ਗੁਣ ਗਾਓ ਮਨਾ ਸਤਗੁਰ ਕਿਆ ਤੋ
Yeah.
ਦਾਸ ਜਨਮ ਦੁਰਲਭ ਹੈ ਹੋਏ ਨਾ ਬਾਰੰਬਾਰ ਜੋ ਮਨ ਫਲ ਪਾ ਕੇ ਭੂਏ ਗਿਰੇ ਬਾਹਰ ਨਾ ਲਾਗੈ ਲੱਖ ਚੁਰਾਸੀ ਪ੍ਰਭਤਿਆਂ ਦੁਰਲਭ ਜਨਮ ਸਤਿਗੁਰੂ ਜੀ ਕਿਰਪਾ ਕਰਨ ਇਹ ਧੁਨਾ ਸਾਡੇ ਹਿਰਦੇ ਵਿੱਚ ਵਸ ਜਾਣ ਅਤੇ ਹੋ ਜਾਈਏ ਲੋਕ ਸੁਖੀ ਔਰ ਲੋਕ ਸੁਖੀਲੇ ਨਾਨਕ ਹਰ ਪ੍ਰਭਾ ਮੇਲੇ ਸਾਹਿਬ
प्रभु ज्ञानी मिल करो विचारा
साहब श्री गुरु ग्रंथ साहिब पातशाह दसा पातशाह आत्मिक जोत सतगुरु आपके दर करते सेवक सरबत भाई भाई गुरु सत संगत गुरमुख परिवार सत्कारयोग माता जी बीबी गुरदीश कौर जी उन्होंने याद में पातशाह बेअम अरदास करवाउंदे ने गरीब नवाज जी परिवार को भाणा मन का बल बख्शिश करना विछड़ी आत्मा चरण कमलों च निवास बख्शिश करना सबू समी परिवार भाणा मन का बल बख्शना जी पते जाओ जी का खालसा वाहेगुरु जी का खालसा वाहेगुरु जी की फतेह। ईसान सत्कार योग रागी जत्था भाई साहब भाई गुरमेर सिंह जी सबका हजूरी रागी श्री दरबार साहब वाले जिन्हां ते बड़ी गुरु साहब दी पार बख्शी रहमत है जिन्होंने आप जी नूं अमृत रूपी गुरबाणी का कीर्तन सरवण कराया है। पवन मैं पवन समाया ज्योति मैं ज्योत रल जाया कि जो संसार में जीव आउंदा है परमेश्वर दे पाणे दे विच ही ते इस संसार तो अपनी यात्रा सफलता करके परमेश्वर के पाने में फिर वापस चलिया जाता है। भाई विछड़ी रूप निमित्त सरबत संगत ने हाजरियां भरिया जो दीवार सजाए गए अमृत रूपी गुरबाणी के शब्द गाय ने सरवण किए आप जी ने आहुण पंदे महान कथा वाच ज्ञानी बखशीर सिंह जी पंडित जी उन्होंने पासों दस मिनट वट के बाद दस मिनट वास्ते आप जो शब्द की विचार सरवण करनी है उस तो उपरंत दस मिनट वास्ते बच्चे श्री कीर्तन करे फिर भाई साहब भाई कमलजीत सिंह जी किशोर की हाजरी पाएंगे फिर आनंद साहब का पाठ होगा तकरीबन चार बजे पूरी संपूर्णता होगी गुरु साहब अगर अरदास बेनती होगी आवण पंथ के महान कथावाच ज्ञानी बखशीर सिंह जी पंडित पासों दस मिनट तक आप गुरबाणी बारे शुद्ध विचार सरवण करिए। वाहेगुरु जी का खालसा वाहेगुरु जी की फतेह। ਦੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਜੋ ਦਿਨ ਆਵੇ ਸੋ ਦਿਨ ਜਾਹੇ ਕਰਨਾ ਕੂਚ ਰਹਿਣ ਥਿਰ ਨਾਹੇ ਸੰਗ ਚਲਤ ਹੈ ਹਮ ਭੀ ਚਲਨਾ ਦੂਰ ਗਵਨ ਸਿਰ ਉਪਰ ਮਰਨਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰਸਵਾਰੇ ਗੁਰੂ ਕੀ ਸਾਜੀ ਅਤੇ ਨਿਵਾਜੇ ਗੁਰੂ ਰੂਪ ਸਾਧ ਸੰਗਤ ਜੀਓ ਆਪ ਸਾਰੇ ਇੱਕ ਬੈਰਾਗ ਮਈ ਸਮਾਗਮ ਚ ਇਕੱਤਰ ਹੋਏ ਉਸ ਵਿਛੜੇ ਹੋਏ ਰੂਹ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨ ਵਾਸਤੇ ਪਰਿਵਾਰ ਨਾਲ ਜੋ ਵੀ ਭਾਵ ਰਿਸ਼ਤੇਦਾਰ ਕਹਿ ਲਈਏ ਮੇਲੇ ਜੋੜੇ ਦੋਸਤ ਮਿੱਤਰ ਸਾਰੇ ਇੱਥੇ ਪਹੁੰਚੇ ਹਨ ਉਸ ਵਿਛੜੇ ਹੋਏ ਰੂਹ ਦੇ ਸਦਗਤੀ ਵਾਸਤੇ ਕਰਿਆਣ ਵਾਸਤੇ ਪਰਸੋਂ ਰੋਜ਼ ਤੋਂ ਇਸ ਅਸਥਾਨ ਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ। ਰੱਖੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਏ ਦੀਵਾਨ ਸਜੇ ਹਨ ਅੰਮ੍ਰਿਤਮਈ ਗੁਰਬਾਣੀ ਦੇ ਕੀਰਤਨ ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਜਥੇ ਪਾਸੋਂ ਸ੍ਰੀ ਹਰਿਮੰਦਰ ਸਾਹਿਬ ਦਾ ਜਥਾ ਦਸ ਨੂੰ ਯਾਦ 1986 ਚ
ਦਾਸ ਸ੍ਰੀ ਹਰਿਮੰਦਰ ਸਾਹਿਬ ਬਤੌਰ ਹੈੱਡ ਗ੍ਰੰਥੀ ਸੋ ਸਰਬੱਤ ਖਾਲਸੇ ਜਦੋਂ ਕਸ਼ਮੀਰ ਨੇ ਸੇਵਾ ਕਰਨ ਦਾ ਸਮਾਂ ਪਾਕ ਸਮਾਂ ਪ੍ਰਾਪਤ ਹੋਇਆ ਸੀ ਉਸ ਸਮੇਂ ਇਹ ਜਥਾ ਸ੍ਰੀ ਹਰਿਮੰਦਰ ਸਾਹਿਬ ਕੀਰਤਨ ਕਰਿਆ ਕਰਦਾ ਸੀ। ਸਤਿਗੁਰੂ ਮਹਾਰਾਜ ਸਾਹਿਬ ਪਾਤਸ਼ਾਹ ਦੀ ਮਹਾਂ ਨੇ ਬਖਸ਼ਿਸ਼ ਹੈ ਭਾਈ ਐਸੇ ਅੰਮ੍ਰਿਤਮਈ ਗੁਰਬਾਣੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਧੰਨ ਸਤਿਗੁਰੂ ਮਹਾਰਾਜ ਦੇ ਪਾਤਸ਼ਾਹ ਸੰਸਾਰ। ਸੰਸਾਰ ਕਿਸ ਨੂੰ ਕਿਹਾ ਜਾਂਦਾ ਹੈ? ਸੰਸਕ੍ਰਿਤੀ ਸੰਸਾਰ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਦੀ ਪਰਿਭਾਸ਼ਾ ਸੋਠ ਰਾਗ ਦੇ ਅੰਦਰ ਬਿਆਨ ਕੀਤੀ ਹੈ। ਇਹੋ ਸੰਸਾਰ ਸਭ ਆਵਣ ਜਾਣ। ਸੰਸਾਰ ਕੀ ਹੈ? ਜਿੱਥੇ ਜੀਵ ਆ ਰਹੇ ਹਨ, ਇੱਕ ਪਾਸੇ ਜੀਵ ਆ ਰਹੇ, ਇੱਕ ਪਾਸੇ ਜੀਵ ਜਾ ਰਹੇ ਨੂੰ ਸੰਸਾਰ ਕਿਹਾ ਜਾਂਦਾ। ਔਰ ਦੂਜਿਆਂ ਸ਼ਬਦਾਂ 'ਚ ਇਹਨੂੰ ਦੁਨੀਆਂ ਵੀ ਕਿਹਾ ਜਾਂਦਾ ਹੈ। ਦੁਨੀਆਂ ਭਾਵ ਜਿਹਦੀਆਂ ਦੋ ਨੀਹਾਂ ਹੋਣ, ਇੱਕ ਜਨਮ ਦੀ ਨੀਂਹ, ਇੱਕ ਮਰਨ ਦੀ ਨੀਂਹ, ਮਰਨ ਲਿਖਾਏ ਮੰਡਲ ਮੇਰਾ। ਔਰ ਤੀਸਰੀ ਸੰਗਿਆ ਇਸ ਨੂੰ ਜਗਤ ਜਾਂ ਭਾਵ ਜਹਾਨ ਕਿਹਾ ਜਾਂਦਾ। ਜਗਤ ਨਾਮ ਜੈ ਨਾਮ ਪੈਦਾ ਹੋਣ ਦਾ, ਗਤ ਨਾਮ ਨਾਸ ਹੋਣ ਦਾ। ਜੈ ਨਾਮ ਪੈਦਾ ਹੋਣ ਦਾ, ਹਾਨ ਜਿਹਦੀ ਹਾਨੀ ਹੋਵੇ, ਨਾਸ ਹੋਵੇ। ਇੱਕ ਪਾਸੇ ਪੈਦਾ ਹੋ ਰਿਹਾ, ਇੱਕ ਪਾਸੇ ਨਾਸ ਹੋ ਰਿਹਾ। ਭਾਵ ਇੱਕ ਪਾਸੇ ਜੀਵ ਆ ਰਹੇ ਹਨ, ਇੱਕ ਪਾਸੇ ਜੀਵ ਜਾ ਰਹੇ। ਇਹ ਸੰਸਾਰ ਹੈ, ਸਦਾ ਇੱਕ ਰਸ ਨਹੀਂ ਰਹਿੰਦਾ ਸੰਸਾਰ। ਜਿਹੜਾ ਨੇ ਭਾਵ ਇੱਥੇ ਜਨਮ ਲਿਆ, ਆਏ, ਕੱਲ੍ਹ ਬਚਪਨ ਸੀ, ਅੱਜ ਕਿਸ਼ੋਰ ਅਵਸਥਾ ਵਿੱਚ ਹਨ। ਜਿਹੜੇ ਕੱਲ੍ਹ ਕਿਸ਼ੋਰ ਅਵਸਥਾ ਵਾਲੇ ਸਨ, ਅੱਜ ਉਹ ਜਵਾਨ ਹੋ ਚੁੱਕੇ ਹਨ। ਜਿਹੜੇ ਕੱਲ੍ਹ ਜਵਾਨੀ ਵਿੱਚ ਸਨ, ਅੱਜ ਪ੍ਰੌਢ ਅਵਸਥਾ ਧਾਰ ਲਈ। ਜਿਹੜੇ ਪ੍ਰੌਢ ਅਵਸਥਾ ਵਾਲੇ ਸਨ, ਜਿਹਨੂੰ ਅਧਕੜ ਅਵਸਥਾ ਕਿਹਾ ਜਾਂਦਾ, ਉਹ ਅੱਜ ਬਿਰਧ ਹੋ ਚੁੱਕੇ ਹਨ। ਬਿਰਧਿਆਂ ਨੂੰ ਅੱਗੇ ਨੂੰ ਤਿਆਰੀ ਕੀਤੀ ਹੋਈ। ਇਹ ਸੰਸਾਰ ਦੀ ਐਸੀ ਦਸ਼ਾ ਹੈ, ਇੱਥੇ ਕੋਈ ਵੀ ਥਿਰ ਹੋ ਕਰਕੇ ਨਹੀਂ ਰਹਿ ਸਕਦਾ। ਮੌਤ ਇੱਕ ਅਟਲ ਸੱਚਾਈ ਹੈ। ਸੋ ਜਿਸ ਤਰ੍ਹਾਂ ਆਪਾਂ ਪਵਿੱਤਰ ਬਾਣੀ ਪੜ੍ਹ ਕੇ ਦੇਖੀਏ, ਭਾਵ ਇੱਥੇ ਵੱਡੇ ਵੱਡੇ ਸੰਸਾਰ ਵਿੱਚ ਆਏ ਚਲੇ। ਹਰਨਾਕਸ਼ ਕੋਈ ਮਾਮੂਲੀ ਬੰਦਾ ਨਹੀਂ ਸੀ, ਮਹਾਨ ਤਪੱਸਵੀ। ਬਹੁਤ ਤਪੱਸਿਆ ਕੀਤੀ ਹੋਈ ਸੀ ਹਰਨਾਕਸ਼ ਨੇ, ਔਰ ਉਸ ਤਪੱਸਿਆ ਦੇ ਬਦੌਲਤ ਉਸਨੇ ਵਰ ਪ੍ਰਾਪਤ ਕੀਤੇ ਹੋਏ ਸਨ। ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਧਰਤੀ 'ਤੇ ਮਰਾਂ, ਨਾ ਆਕਾਸ਼ 'ਤੇ ਮਰਾਂ, ਨਾ ਭਾਵ ਮੈਨੂੰ ਕੋਈ 84 ਲੱਖ ਜੂਨ ਵਿੱਚੋਂ ਮਾਰ ਸਕੇ, ਔਰ ਨਾ ਮੈਂ ਕਿਸੇ ਸ਼ਸਤਰ ਨਾਲ ਮਰ ਸਕਾਂ। ਸੋ ਨਾ ਅੰਦਰ ਮਰਾਂ, ਨਾ ਬਾਹਰ ਮਰਾਂ। ਉਸਨੇ ਇਸ ਤਰ੍ਹਾਂ ਵਰ ਪ੍ਰਾਪਤ ਕੀਤੇ ਹੋਏ ਸਨ। ਪਰ ਜਦੋਂ ਸਮਾਂ ਆ ਗਿਆ, ਚੀਰੀ ਆਈ ਢਿੱਲ ਨਾ ਕਹੋ, ਜਦੋਂ ਦਰਗਾਹ ਦੀ ਚਿੱਠੀ ਆ ਜਾਂਦੀ, ਚਲੋ ਸਤਾਬ ਦੀਵਾਨ ਬੁਲਾਇਆ। ਸੋ ਇਸ ਕਰਕੇ ਇਹ ਅਟਲ ਸੱਚਾਈ ਹੈ ਭਾਈ, ਮੌਤ ਇਹਨੂੰ ਕਦੇ ਰੋਕਿਆ ਨਹੀਂ ਜਾ ਸਕਦਾ। ਸੋ ਆਪ ਜੀ ਜਿਸ ਤਰ੍ਹਾਂ ਹਰਨਾਕਸ਼ ਦੀ ਸਾਖ ਹੈ, ਆਪ ਜੀ ਸਾਰੇ ਜਾਣਦੇ, ਪਿਤਾ ਅਤੇ ਪੁੱਤਰ ਦਾ ਰਿਸ਼ਤਾ ਬੜਾ ਨੇੜੇ ਦਾ, ਔਰ ਝਗੜਾ ਪੈ ਗਿਆ। ਸੱਚ ਅਤੇ ਝੂਠ ਦਾ ਝਗੜਾ ਮੁੱਢ ਤੋਂ ਚੱਲਿਆ ਆ ਰਿਹਾ ਹੈ, ਇਹ ਹੁਣ ਦੀ ਲੜਾਈ ਨਹੀਂ ਹੈ। ਇਸ ਭਾਵ ਮੁੱਢ ਤੋਂ ਲੜਾਈ ਚੱਲੀ ਆ ਰਹੀ। ਪਿਤਾ ਰਾਜਨੀਤਿਕ ਹੈ, ਔਰ ਰਾਜਨੀਤੀ ਹੈ ਹੀ ਝੂਠ ਹੈ, ਆਪ ਜੀ ਨੂੰ ਪਤਾ ਇਸ ਬਾਤ ਦਾ। ਭਾਈ ਪੁੱਤਰ ਭਗਤ ਹੈ ਪ੍ਰਹਲਾਦ, ਝਗੜਾ ਪੈ ਗਿਆ। ਔਰ ਕਹਿਣ ਤੋਂ ਮੁਰਾਦ ਜਦੋਂ ਸਮਾਂ ਆ ਗਿਆ, ਉਸਨੇ ਹੁਣ ਵਰ ਪ੍ਰਾਪਤ ਕੀਤੇ ਹੋਏ ਸੀ, ਗੱਲ ਬਣ ਨਾ ਸਕੀ। ਅਖੀਰ 'ਤੇ ਜਦੋਂ ਉਸਨੇ ਆਪਣੇ ਪੁੱਤਰ ਨੂੰ ਰੋੜਾ ਦੇਖਿਆ, ਔਰ ਉਹ ਇਹਨੂੰ ਖਤਮ ਕਰਨਾ ਚਾਹੁੰਦਾ, ਇਹ ਮੇਰੇ ਰਾਹ ਦਾ ਰੋੜਾ ਹੈ। ਬੜਾ ਯਤਨ ਕੀਤਾ ਪ੍ਰਹਲਾਦ ਨੂੰ ਮਰਵਾਉਣ ਦਾ, ਜ਼ਹਿਰੀਲਿਆਂ ਸੱਪਾਂ ਦੇ ਡੰਗ ਮਰਵਾਏ, ਜ਼ਹਿਰੀਲੀਆਂ ਪੁਸ਼ਾਕਾਂ ਪਹਿਨਾਈਆਂ ਗਈਆਂ, ਪਹਾੜਾਂ ਤੋਂ ਰੋੜਿਆ ਗਿਆ, ਭਾਵ ਪਾਣੀ 'ਚ ਡੋਬਣ ਦਾ ਯਤਨ ਕੀਤਾ, ਜਲ ਅਗਨੀ ਵਿੱਚ ਕੱਤਿਆ, ਦਰੇ ਨਾ ਡੂਬੇ ਹੋਰ ਪ੍ਰਸਾਦ ਦੀ ਭੈਣ ਹੋਰ ਕਾਸੇ ਜਿੱਥੋਂ ਹੋਰ ਲੀਆਂ ਚੱਲੀਆਂ। ਭਾਈ ਉਸਨੇ ਇੱਕ ਤਪੱਸਿਆ ਕਰਕੇ, ਭਾਵ ਇੱਕ ਚਾਦਰਾ ਲਿਆ ਹੋਇਆ ਸੀ, ਆਪਣੇ ਭਰਾ ਦੀ ਮਦਦ ਕਰਨ ਲੱਗੇ। ਹਰਨਾਕਸ਼ ਦੀ ਲੱਕੜੀਆਂ ਦਾ ਢੇਰ ਲਾ ਦੇਣਾ, ਮੈਂ ਉੱਤੇ ਚਾਦਰਾ ਲੈ ਲੈਣਾ, ਪ੍ਰਹਲਾਦ ਨੂੰ ਉੱਪਰ ਰੱਖ ਲਵਾਂਗੀ, ਅੱਗ ਲਾ ਦੇਣੇ, ਸੜ ਜਾਵੇ, ਤੇਰਾ ਜਿਹੜੀ ਸਮੱਸਿਆ ਦਾ ਸਮਾਧਾਨ ਹੋ ਜਾਵੇ। ਜਿਸ ਦਾ ਸਾਹਿਬ ਡਾਢਾ ਹੋਏ, ਇਸ ਨੂੰ ਮਾਰ ਨਾ ਸਕੇ ਕੋਈ। ਔਰ ਇਸ ਤਰ੍ਹਾਂ ਕਹਿਣ ਤੋਂ ਮੁਰਾਦ ਦੇਖਿਆ, ਕੋਈ ਯਤਨ ਉਹਦਾ ਸਫਲਾ ਨਾ ਹੋਇਆ। ਅਖੀਰ 'ਤੇ ਉਸਨੇ ਇੱਕ ਥੰਮ, ਇਹਦੀ ਮੁਲਤਾਨ ਰਾਜਧਾਨੀ ਸੀ ਜਿਹੜਾ ਹਰਨਾਕਸ਼ ਸੀ, ਸਤਯੁਗ ਦੀ ਸਾਖੀ ਹੈ ਭਾਈ, ਪ੍ਰਾਚੀਨ ਸ਼ਹਿਰ ਹੈ ਮੁਲਤਾਨ, ਇੱਥੇ ਰਾਜ ਕਰਿਆ ਕਰਦਾ ਸੀ ਹਰਨਾਕਸ਼। ਉਸਨੇ ਕਿਹਾ ਇਹ ਰਾਜਪੁੱਤਰ ਸਮਝ ਕੇ ਇਹਦੀ ਸ਼ਾਇਦ, ਭਾਵ ਜਿਹੜੇ ਜਲਾਦ ਲੋਕ ਹੈ ਇਹਨੂੰ ਮਾਰਨਾ ਨਹੀਂ ਚਾਹੁੰਦੇ, ਹੋਵੇ ਨਾ ਇਹਨੂੰ ਰੂਬਰੂ ਮਾਰਾਂ, ਇੱਕ ਥੰਮ ਕਢਾ ਦਿੱਤਾ, ਇਹਨੂੰ ਅੱਗ ਨਾਲ ਗਰਮ ਕਰ ਦਿੱਤਾ ਜਾਏ। ਜਿਸ ਰਾਮ ਨੂੰ ਤੂੰ ਕਹਿੰਦਾ ਮੇਰੇ ਰਾਮ ਸਹਾਇਤਾ ਕਰੇ, ਹੁਣ ਦੇਖਦਾ ਰਾਮ ਕਿੱਥੋਂ ਆਵੇ। ਕਹਿਣ ਲੱਗਾ ਪਿਤਾ ਤੂੰ ਮਾਣ ਨਾ ਕਰੋ, ਰਾਮ ਮੇਰੀ ਇੱਥੇ ਵੀ ਸਹਾਇਤਾ ਕਰੇ। ਕਹਿਣ ਲੱਗਾ ਇਸ ਤਪਦੇ ਹੋਏ ਥੰਮ ਨਾ ਗਲਵੱਕੜੀ ਪਾ। ਤਪਤ ਕੜਾਹ ਬੁੱਝ ਗਿਆ ਗੁਰਸੀਤਲ ਨਾਮ ਦੀ ਉਹ, ਔਰ ਜਿਸ ਵੇਲੇ ਉਹ ਜਫੀ ਪਾਉਣ ਲੱਗਾ ਉਸ ਥੰਮ ਦੇ ਨਾਲ, ਥੰਮ ਤਾਂ ਠੰਡਾ ਹੋਣਾ ਹੀ ਸੀ ਨਾਮ ਦੀ ਬਦੌਲਤ, ਔਰ ਇਸ ਤਰ੍ਹਾਂ ਫਟਿਆ ਜਿਸ ਤਰ੍ਹਾਂ ਬ੍ਰਹਿਮੰਡ ਫੜਦਾ ਨਰਸਿੰਘ ਅਵਤਾਰ ਧਾਰਨਾ ਪਿਆ। ਕਹਿਣ ਤੋਂ ਮੁਰਾਦ
ਇੱਥੇ ਵੱਡੇ ਵੱਡੇ ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪ੍ਰਭਾਵ ਇਹ ਮੌਤ ਅਕਲ ਸੱਚਾਈ ਹੈ ਭਾਈ ਔਰ ਆਪ ਜੀ ਨੂੰ ਪਤਾ ਸੰਧਿਆ ਦਾ ਸਮਾਂ ਸੀ ਸੰਧੀ ਕਾਲ ਜਿੱਥੇ ਦੋ ਦਾ ਮਿਲਾਪ ਹੁੰਦਾ ਰਾਤ ਦੀ ਆਰੰਭਤਾ ਹੈ ਦਿਨ ਦੀ ਸਮਾਪਤੀ ਹੈ ਪਕੜ ਲਿਆ ਨਰਸਿੰਘ ਅੱਧਾ ਹਿੱਸਾ ਮਨੁੱਖ ਦਾ ਅੱਧਾ ਹਿੱਸਾ ਸ਼ੇਰ 84 ਲੱਖ ਜੂਨ ਵਿੱਚੋਂ ਨਹੀਂ ਕੋਈ ਹੱਥ ਵਿੱਚ ਸ਼ਸਤਰ ਨਹੀਂ ਹੈ ਔਰ ਸੰਧਿਆ ਦਾ ਸਮਾਂ ਸੀ ਨਾ ਦਿਨ ਹੈ ਨਾ ਰਾਤ ਹੈ ਔਰ ਦਰਵਾਜ਼ੇ ਦੀ ਦਲੀਲ ਤੇ ਨਰਸਿੰਘ ਬੈਠ ਗਿਆ ਪੱਟਾ ਤੇ ਹਿਰਨਾਕਸ ਨੂੰ ਰੱਖ ਲਿਆ ਹੁਣ ਅੰਦਰ ਹੈ ਕਿ ਬਾਹਰ ਹੈ ਦਲੀਲ ਸਾਂਝੀ ਮੰਨੀ ਜਾਂਦੀ ਰਾਤ ਨੂੰ ਹਨੇਰਾ ਹੋਵੇ ਦਲੀਲ ਦੇ ਉੱਤੇ ਜੋ ਦੀਵਾ ਜਗਾ ਕੇ ਰੱਖਦੇ ਹੈ ਅੰਦਰ ਵੀ ਪ੍ਰਕਾਸ਼ ਕਰਦਾ ਬਾਹਰ ਵੀ ਪ੍ਰਕਾਸ਼ ਦਾ ਸਾਂਝੀ ਮੰਨਿਆ ਜਾਂਦਾ ਹੈ ਕਹਿਣ ਲੱਗਾ ਤੇਰੇ ਭਰ ਪੂਰੇ ਹੋ ਰਹੇ ਹਨ ਫਿਰ ਦੇਖ ਤੂੰ ਧਰਤੀ ਤੇ ਹੈ ਆਕਾਸ਼ ਤੇ ਹੈ ਨਾ ਧਰਤੀ ਕਹੀ ਜਾ ਸਕਦੀ ਨਾ ਆਕਾਸ਼ ਕਿਹਾ ਜਾ ਸਕਦਾ ਨਾ ਅੰਦਰ ਕਿਹਾ ਜਾ ਸਕਦਾ ਨਾ ਬਾਹਰ ਕਿਹਾ ਜਾ ਸਕਦਾ ਨਾ ਦਿਨ ਕਿਹਾ ਜਾ ਸਕਦਾ ਨਾ ਰਾਤ ਕਿਹਾ ਜਾ ਸਕਦਾ 84 ਲੱਖ ਜੂਨ ਵਿੱਚੋਂ ਤਾਂ ਨਹੀਂ ਮੇਰੇ ਹੱਥ ਵਿੱਚ ਸ਼ਸਤਰ ਤਾਂ ਨਹੀਂ ਸੋ ਇਸ ਤਰ੍ਹਾਂ ਉਹਦਾ ਪੇੜ ਪਾੜ ਦਿਲ ਤੇ ਐਸੀਆਂ ਉਦਾਹਰਨਾਂ ਹੁੰਦੀਆਂ ਹੋਰ ਸਤਿਗੁਰੂ ਮਹਾਰਾਜ ਤੇ ਪਾਤਸ਼ਾਹ ਜਿਸ ਪਿਛੜੀ ਹੋਈ ਰੂਹ ਦੇ ਵਾਸਤੇ ਆਪਾਂ ਸਾਰੇ ਇੱਥੇ ਇਕੱਤਰ ਅੰਤਮ ਅਰਦਾਸ ਵਿੱਚ ਇਕੱਤਰਤਾ ਹੋਈ ਹੈ ਭਾਈ ਸੋ ਬੀਬਾ ਜੀ ਅਮਰਧਾਰੀ ਸਨ ਪਰ ਫਿਰ ਵੀ ਸੰਸਾਰ ਚ ਵਿਚਰਦਿਆਂ ਹੋਇਆ ਕੋਈ ਨਾ ਕੋਈ ਅਚਨਚੇਤ ਭੁੱਲ ਹੋ ਜਾਂਦੀ ਹੈ ਭੁੱਲਣ ਵਿੱਚ ਕੀ ਆ ਸਭ ਕੋਈ ਕਰਦਾ ਆਪ ਨਾ ਭੁੱਲ ਇਸ ਕਰਕੇ ਅਰਦਾਸ ਬੇਨਤੀ ਸਤਿਗੁਰਾਂ ਦੇ ਚਰਨਾਂ ਚ ਕਰਨੀ ਚਾਹੀਦੀ ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਤ ਨਾ ਭਾਵਜਨ ਫਿਰ ਅਰਦਾਸ ਬੇਨਤੀ ਕਰਨੀ ਚਾਹੀਦੀ ਹੇ ਪਰਮੇਸ਼ੁਰ ਤੁਸੀਂ ਕਿਰਪਾ ਕਰ ਉਹਨਾਂ ਨੂੰ ਸਦੀਵ ਨਿਵਾਸ ਆਪਣੇ ਚਰਨਾਂ ਚ ਬਖਸ਼ਿਸ਼ ਕਰਨਾ ਸਤਿਗੁਰੂ ਇਹ ਕਿਰਪਾ ਕਰ ਸੋ ਸਤਿਗੁਰੂ ਮਹਾਰਾਜ ਤੇ ਪਾਤਸ਼ਾਹ ਦੀ ਕਿਰਪਾ ਕਰਨ ਉਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਪਰਿਵਾਰ ਨੂੰ ਇਹ ਭਾਣਾ ਮੰਨਣ ਦੀ ਨਿਸ਼ਾਨੀ ਭਾਣਾ ਮੰਨਣਾ ਹੈ ਬੜਾ ਔਖਾ ਭਾਈ ਭਾਈ ਭਿਖਾਰੀ ਵਰਗਾ ਤਾਂ ਕੋਈ ਹੋ ਸਕਦਾ ਕਹਿਣਾ ਸੌਖਾ ਹੈ ਮੰਨਣਾ ਬੜਾ ਔਖਾ ਤੇਰਾ ਭਾਣਾ ਤੂੰ ਹੀ ਮਨਾਏ ਸੋ ਸਤਿਗੁਰੂ ਮਹਾਰਾਜ ਕਿਰਪਾ ਕਰਨ ਉਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਸਦੀਵੀ ਨਿਵਾਸ ਬਖਸ਼ਣ ਔਰ ਪਰਿਵਾਰ ਨੂੰ ਨੇੜੇ ਦਿਆਂ ਨੂੰ ਆਪ ਭਾਣਾ ਮੰਨਣ ਦੀ ਬਖਸ਼ਿਸ਼ ਕਰਨ ਭੁੱਲਾਂ ਚੁੱਕਾਂ ਦੀ ਮਾਫ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਸਤਿਕਾਰਯੋਗ ਗਰੀਬ ਬਖਸ਼ੀਸ਼ ਸਿੰਘ ਜੀ ਪੰਡਿਤ ਜੀ ਜਿਹਨਾਂ ਦਾਮਨ ਟਕਸਾਲਾ ਵਿੱਚ ਰਹਿ ਕੇ ਸੰਤਾਂ ਵੇਲੇ ਬੜੀ ਸੇਵਾ ਨਿਭਾਈ ਹੈ ਬੜੀ ਗੁਰੂ ਸਾਹਿਬ ਅੱਗੇ ਪਾਰ ਬਖਸ਼ੀ ਰਹਿ ਉਹਦਾ ਬਹੁਤ ਬਹੁਤ ਧੰਨਵਾਦ ਹੈ ਗਿਆ ਜੀ ਉਹਨਾਂ ਦਾ ਆਪ ਹੁਣ ਦੱਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Thank you.
ਸਮੂਹ ਪਰਿਵਾਰ ਦੇ ਬੱਚੇ ਜਿਨ੍ਹਾਂ ਨੇ ਚੰਗੀ ਸਿੱਖਿਆ ਧਾਰਨ ਕੀਤੀ, ਪਰਿਵਾਰ ਸਾਰਾ ਹੀ ਗੁਰਬਾਣੀ ਨੂੰ ਅਸੀਸੜੀਆਂ ਜੋ ਹੋਵੇ ਸਹਿਬ ਸੋ ਮੇਲ ਪਰਮੇਸ਼ਵਰ ਦੇ ਗੁਣਾਂ ਨੂੰ ਯਾਦ ਕੀਤਾ ਹੈ। ਵਾਹਿਗੁਰੂ ਪਾਤਸ਼ਾਹ ਰਹਿਮਤ ਕਰਨ। ਆਪ ਹੁਣ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਇੱਕ ਸ਼ਬਦ ਦੀ ਹਾਜ਼ਰੀ ਪੜਨਗੇ, ਉਸ ਤੋਂ ਉਪਰੰਤ ਨਾਲ ਅਨੰਦ ਸਾਹਿਬ ਦਾ ਪਾਠ ਕਰਨਗੇ। ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਹੋਵੇਗੀ। Thank you.
ਦੇ ਸਮੁੱਚੇ ਪਰਿਵਾਰ ਦੇ ਇਕੱਤਰ ਹੋ ਕੇ ਮਹਾਰਾਜ ਵਿਖੇ ਜੂਹ ਦੇ ਨਿਵੇਦਾ 500 ਹੋਰ ਗੁਰਬਾਣੀ ਪਾਲ ਦਰਬਾਰ ਵਿਖੇ ਸ੍ਰੀ ਅਖੰਡ ਪਾਠ ਆਰੰਭ ਕੀਤੇ ਗਏ ਸਨ। ਵਾਹਿਗੁਰੂ ਸੱਚੇ ਪਾਤਸ਼ਾਹ ਆਪ ਦੀ ਕਿਰਪਾ ਰਹਿਮਤ ਹੋਈ ਨਿਰਵਿਘਨਤਾ ਸਹਿਤ ਹੋ ਪਾਏ ਗਏ ਨੇ। ਸੰਸਕਾਰ ਕਰਨ ਤੋਂ ਮਹਾਰਾਜ ਉਪਰੰਤ ਪਾਵਨ ਦਰਬਾਰ ਵਿਖੇ ਆ ਕੇ ਸੰਗਤਾਂ ਭਾਰੀਆਂ ਭਰੀਆਂ ਪਾਵਨ ਦਰਬਾਰ ਵਿਖੇ ਅਰਬੀ ਅਰਾਧੀ ਬਾਣੀ ਦਾ ਕੀਰਤਨ ਹੋਇਆ, ਸ਼ਬਦ ਦੀ ਕਥਾ ਵਿਚਾਰ ਹੋਈ, ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ। ਮਹਾਰਾਜ ਵਿਖੇ ਉਹਦੇ ਰਹਿਤ ਪਰਿਵਾਰ ਦੇ ਕੋਲੋਂ ਸੇਵਾ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਕਿਰਮਾ ਕਰਨੀ, ਅੱਗੇ ਤੋਂ ਸਮਾਧ ਬਖਸ਼ੀ ਕਰਨੀ, ਗੁਰਬਾਣੀ ਦਾ ਫਲਾਦੇਸ਼ ਵਿਸ਼ਵੀ ਰੂਹ ਬਖਸ਼ਣਾ, ਆਵਾਗਮਨ ਤੋਂ ਮੁਕਤ ਕਰਨਾ, ਮਹਾਰਾਜ ਸੰਸਾਰ ਦੀ ਯਾਤਰਾ ਕਰਦਿਆਂ ਹੋਇਆਂ ਜੀਵ ਦੇ ਕੋਲ ਮਹਾਰਾਜ ਬਹੁਤ ਉੱਚੀਆਂ ਨੀਵੀਆਂ ਫੁੱਲਾਂ ਹੋ ਜਾਂਦੀਆਂ ਨੇ। ਮਾਤਾ ਜੀ ਦੇ ਔਗੁਣ ਨਾ ਚੁਕਾਰਦੇ ਹੋਏ ਮਹਾਰਾਜ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੀ ਕਰਨਾ, ਪਿਛੇ ਪਰਿਵਾਰ ਸਾਡਾ ਸਬੰਧੀਆਂ ਨੂੰ ਮਹਾਰਾਜ ਭਾਣਾ ਬਣਦਾ ਫਲ ਰੂਪ ਬਖਸ਼ੀ ਕਰਨਾ, ਅੰਗ ਸੰਗ ਹੋ ਕੇ ਸਹਾਇਤਾ ਕਰੀ, ਦਰ ਕਰੋ ਗੁਰਬਾਣੀ ਪੜ੍ਹਦੀ ਨਾਮ ਜਪਣ ਦੀ ਮਹਾਰਾਜ ਸਮੂਹ ਸਾਸਨ ਨੂੰ ਪਰਿਵਾਰ ਨੂੰ ਅਸੀਸ ਬਖਸ਼ੀ ਕਰਨੀ, ਹਰ ਪ੍ਰਕਾਰ ਸਹਾਇਤਾ ਕਰੀ ਮਹਾਰਾਜ ਜਲਦ ਭੇਟਾਵਾਂ ਕੀਤੀਆਂ ਨੇ ਬਿਜਲੀ ਰਹਿਤਾ ਸਮੂਹ ਪਰਿਵਾਰ ਦੀ ਸੇਵਾ ਪਾਏ ਪਾਉਣੀ ਜੜਜਾ ਕਾਰਾ ਕਰਨੀਆਂ, ਅੱਠ ਸੰਗ ਹੋ ਕੇ ਸਹਾਇਤਾ ਕਰੀ ਲੰਗਰਾਂ ਦੀ ਸੇਵਾ ਨਿਭਾਈ ਗਈ ਹੈ ਮਹਾਰਾਜ, ਮਨ ਸੇਵਾ ਪਾਏ ਪਾਉਣੀ ਹਰ ਪ੍ਰਕਾਰ ਸਹਾਇਤਾ ਕਰਨੀ ਸਾਧੂ ਦੇ ਸਮੂਹ ਸਾਸਨ ਦੀ ਅਰਦਾਸ ਬੇਨਤੀ ਮਹਾਰਾਜ ਸਮਾਗਮਾਂ ਦੀ ਸੇਵਾ ਨਿਭਾਉਂਦਿਆਂ ਹੋਇਆਂ ਮਾਰੇ ਹੋਏ ਕੇ ਭੁੰਜੂ ਦੀ ਖਿਮਾ ਕਰਨੀ, ਉਸ ਵਿੱਚ ਗੁਰੂ ਮਹਾਰਾਜ ਸਰੀਰ ਕਾ ਵਾਸਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੀ ਕਰਨਾ, ਪਾਵਨ ਦਰਬਾਰ ਵਿੱਚ ਪਰਿਵਾਰ ਵੱਲੋਂ ਪੰਚਮ ਕੜਾਹ ਪ੍ਰਸ਼ਾਦ ਦੀ ਦੇਸ ਜਾ ਕੇ ਹਾਜ਼ਰ ਹੋਇਆ, ਦਾਤੇ ਪ੍ਰਵਾਨ ਹੋਏ ਪ੍ਰਵਾਨ ਹੋਇਆ ਸੀ ਪ੍ਰਸਾਦ ਸਲੂਹ ਸੰਤ ਵਿੱਚ ਵਰਤੇ ਜੋ ਜੋ ਸਕੇ ਸਤਨਾਮ ਜੀ ਵਾਹਿਗੁਰੂ ਦਾ ਜਾਪ ਜਪ ਹੁਕਮਨਾਮੇ ਦੀ ਬਖਸ਼ੀ ਕਰੋ, ਸੰਤਾਂ ਪ੍ਰਤਾਪ ਕਰੋ, ਬਾਣੀ ਬਾਣਿਆ ਜੋੜਨਾ ਸੀ ਪਿਆਰੇ ਮੇਰੇ ਜਿਨਾ ਮਿਲਿਆ, ਵਾਹਿਗੁਰੂ ਨਾਮ ਜੇ ਦਿਆ ਵੈ ਨਾਨਕ ਨਾਮ ਚੜ੍ਹਦੀ ਕਲਾਲ ਏ ਭਾਣੇ ਸਰਬੱਤ ਦਾ ਸਤਨਾਮ
ਮਾਂ ਨੂੰ ਕੁਝ ਮਿੰਟਾਂ ਵਾਸਤੇ ਸ਼ਰਧਾਂਜਲੀ ਭੇਟ ਕਰਨਗੇ। ਉਹਨਾਂ ਨੂੰ ਬੇਨਤੀ ਹੈ ਕਿ ਭਾਈ ਸਾਹਿਬ ਤੋਂ ਬਾਅਦ ਕੁਛ ਫੇਜ਼ ਤੇ ਪਹੁੰਚਣ। ਸੰਬਤ ਸਾਹਾ ਲਿਖਿਆ, ਮਿਲਕਰ ਪਾਵੋ ਤੇਲ ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ, ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸਦਣ ਹਾਰ ਸਿਮਰੀਐ ਨਾਨਕ ਸੇ ਦੇ ਆਵਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀਓ, ਜਿਸ ਸਮਾਗਮ ਦੇ ਵਿੱਚ ਅਸੀਂ ਸਭ ਨੇ ਸ਼ਿਰਕਤ ਕੀਤੀ ਹੈ, ਇਹ ਆਨੰਦ ਦੀਆਂ ਲਹਿਰਾਂ ਗੁਰਬਾਣੀ ਕੀਰਤਨ ਦੀਆਂ ਧੁਨਾਂ ਦੇ ਵਿੱਚ ਮਾਤਾ ਗੁਰਦੀਸ਼ ਕੌਰ ਜੀ ਨੂੰ ਵਧਾਏਗੀ। ਤਿੰਨ ਜਨਰੇਸ਼ਨਸ ਵੱਲੋਂ ਇਸ ਕੀਰਤਨ ਹੀਰਾ ਜਿਹੜਾ ਅਨਮੋਲ ਹੈ, ਜਿਹੜਾ ਕਲਯੁੱਗ ਦੇ ਵਿੱਚ ਸਾਡੇ ਕਲਿਆਣ ਹਿਤ ਗੁਰੂ ਸਾਹਿਬਾਨ ਦੀ ਬਖਸ਼ਿਸ਼ ਹੈ, ਤਿੰਨ ਪੀੜ੍ਹੀਆਂ ਨੇ ਜਿਵੇਂ ਸਟੇਜ ਦੇ ਉੱਤੇ ਗੁਰਬਾਣੀ ਕੀਰਤਨ ਕੀਤਾ, ਇਹ ਆਪਣੇ ਆਪ ਵਿੱਚ ਸਬੂਤ ਹੈ ਕਿ ਸਫਲ ਜਨਮ ਕਿਸ ਨੂੰ ਕਹਿੰਦੇ ਨੇ। ਬਹੁਤ ਵਾਰ ਅੱਜ ਜਿਸ ਕਿਸਮ ਦੇ ਮਾਹੌਲ 'ਚ ਅਸੀਂ ਜੀ ਰਹੇ ਹਾਂ, ਇੱਕ ਖੁਦਗਰਜ਼ੀ ਦਾ ਜ਼ਮਾਨਾ। ਪਿਛਲੇ ਦਿਨਾਂ 'ਚ, ਅੱਜ ਤੋਂ ਦੋ ਦਿਨ ਪਹਿਲਾਂ, ਯੂਨਾਈਟਿਡ ਨੇਸ਼ਨਸ ਵਰਲਡ ਐਲਡਰਜ਼ ਐਬਿਊਜ਼ ਡੇ ਸੀ, ਅਤੇ ਉਸ ਦਿਨ TV 84 ਦੇ ਵਿਚਾਰ ਵਿੱਚ ਮੈਂ ਇਹ ਗੱਲ ਕਹੀ ਸੀ ਕਿ ਅੱਜ ਸਾਡੀ ਦੁਨੀਆ ਬਹੁਤ ਤੰਗ ਹੁੰਦੀ ਜਾਂਦੀ ਹੈ, ਅਸੀਂ ਇੰਡੀਵਿਜੁਅਲਿਜ਼ਮ 'ਚ ਫਸ ਗਏ, ਸਾਨੂੰ ਲੱਗਦਾ ਵੀ ਸਭ ਕੁਝ ਸਾਡੇ ਦੁਆਲੇ ਘੁੰਮਦਾ। ਪਰ ਜਿਨ੍ਹਾਂ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਛਤਰ ਛਾਇਆ, ਜਿਨ੍ਹਾਂ ਘਰਾਂ ਦੇ ਵਿੱਚ ਅਸੀਂ ਆਪਣੇ ਬਜ਼ੁਰਗਾਂ ਦੀ ਸੇਵਾ ਸੰਭਾਲ ਕਰਦੇ, ਉਹਨਾਂ ਘਰਾਂ ਦੇ ਵਿੱਚ ਫਿਰ ਇਹ ਕਹਿਣ ਦੀ ਲੋੜ ਨਹੀਂ ਹੈ। ਅੱਜ ਅਸੀਂ ਬਹੁਤ ਵਾਰ ਸ਼੍ਰੋਮਣੀ ਕਮੇਟੀ ਹੋਏ, ਧਾਰਮਿਕ ਸੰਸਥਾਵਾਂ ਹੋਣ, ਉਹਨਾਂ ਨੂੰ ਇਸ ਗੱਲ ਲਈ ਦੋਸ਼ ਦਿੰਦੇ ਹੈ। ਇਹ ਠੀਕ ਹੈ ਟੂ ਸਮ ਐਕਸਟੈਂਟ ਕਿ ਧਰਮ ਦੇ ਵਿੱਚ ਜਿਹੜੀ ਗਿਰਾਵਟ ਹੈ, ਉਹਨਾਂ ਨੇ ਧਰਮ ਪ੍ਰਚਾਰ ਨਹੀਂ ਕੀਤਾ। ਪਰ ਮੈਂ ਬਹੁਤ ਵਾਰ, ਮੈਨੂੰ ਯਾਦ ਹੈ, ਭਾਈ ਜੋਤ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਰਹੇ, ਬਾਅਦ 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਵੀ ਰਹੇ, ਉਹਨਾਂ ਨੂੰ ਇੱਕ ਵਾਰ ਪ੍ਰੋਫੈਸਰਾਂ ਨੇ ਇੱਕ ਵਫ਼ਦ ਦੇ ਰੂਪ 'ਚ ਪੁੱਛਿਆ ਕਿ ਬੱਚੇ ਨੂੰ ਧਰਮ ਦੀ ਸਿੱਖਿਆ ਕਦੋਂ ਦੇਣੀ ਸ਼ੁਰੂ ਕਰਨੀ ਚਾਹੀਦੀ, ਅਤੇ ਉਹਨਾਂ ਦਾ ਜਵਾਬ ਸੀ ਬੱਚੇ ਦੇ ਜਨਮ ਤੋਂ 25-30 ਸਾਲ ਪਹਿਲਾਂ। ਯਾਨੀ ਕਿ ਬੱਚੇ ਦੇ ਮਾਂ ਪਿਓ ਜੇ ਧਰਮੀ ਹੋਣ, ਜਿਸ ਘਰ ਦੇ ਵਿੱਚ ਮਾਤਾ ਜਪਜੀ ਦੀਆਂ ਪੌੜੀਆਂ ਪੜ੍ਹਦਿਆਂ ਆਟਾ ਗੁੰਨਦੀ ਹੈ, ਬੱਚਿਆਂ ਨੂੰ ਉਹ ਸਬਕ ਦ੍ਰਿੜ ਕਰਵਾਇਆ ਜਾਂਦਾ, ਜਿਸ ਘਰ 'ਚ ਸ਼ਾਮ ਨੂੰ ਪਰਿਵਾਰ ਜੁੜ ਕੇ ਰਹਿਰਾਸ ਕਰਦੇ, ਜਿਸ ਘਰ 'ਚ ਕਿਰਤ ਕਮਾਈ ਦੀ ਜਿਹੜੀ ਹੈ ਕਮਾਈ ਆਉਂਦੀ ਹੈ, ਉਹ ਮੁੱਢਲੇ ਤੌਰ 'ਤੇ ਉਹੀ ਸਿੱਖੀ ਦੀ ਮੁੱਢਲੀ ਨਰਸਰੀ ਹੈ, ਉਹੀ ਟਕਸਾਲ ਹੈ ਸਿੱਖੀ ਦੀ, ਉਹੀ ਹੈ ਜਿੱਥੋਂ ਕਿ ਸਿੱਖੀ ਨਿਕਲਦੀ ਹੈ। ਮੈਂ ਸਮਝਦਾ ਵੀ ਭਾਈ ਸਾਹਿਬ ਭਾਈ ਪ੍ਰਗਟ ਸਿੰਘ ਜੀ, ਜਿਨ੍ਹਾਂ ਦੇ ਨਾਲ ਪਿਛਲੇ 2-3 ਦਹਾਕਿਆਂ ਦਾ ਸੰਬੰਧ ਸੰਪਰਕ ਰਿਹਾ, ਬਹੁਤ ਨੇੜਿਓਂ ਮੈਂ ਮਹਿਸੂਸ ਕਰਦਾ ਕਿ ਸਾਡੇ 'ਚ ਕਿੰਨੇ ਕੁ ਨੇ ਜਿਹੜੇ ਗੁਰਬਾਣੀ ਕੀਰਤਨ 'ਚ ਵੀ ਪ੍ਰਵੀਨ ਹੋਣ, ਰਾਗਾਂ ਦੇ ਵਿੱਚ, ਗੁਰਮਤਿ ਸੰਗੀਤ ਦੇ ਵਿੱਚ ਕੀਰਤਨ ਦੀ ਦਾਤ, ਕਲਾ ਦੇ ਪੱਖੋਂ ਵੀ ਮੁਕੰਮਲ ਹੋਣ, ਗੁਰਸਿੱਖੀ ਜੀਵਨ ਵੀ ਪੂਰਨ ਹੋਏ, ਅਤੇ ਫਿਰ ਪੰਥਕ ਚੜ੍ਹਦੀ ਕਲਾ ਦੇ ਪੰਥਕ ਏਜੰਡੇ ਬਾਰੇ ਵੀ ਕੋਈ ਇਫ ਐਂਡ ਬਟ ਨਾ ਹੋਏ, ਕੋਈ ਭੁਲੇਖਾ ਨਾ ਹੋਏ। ਅਤੇ ਮੈਂ ਸਮਝਦਾ ਜਿਵੇਂ ਉਹਨਾਂ ਦੇ ਸਪੁੱਤਰ ਭਾਈ ਕਮਲਜੀਤ ਸਿੰਘ, ਭਾਈ ਜਸਜੀਤ ਸਿੰਘ, ਔਰ ਅੱਗੋਂ ਉਹਨਾਂ ਦੀਆਂ ਪੋਤਰੇ ਪੋਤਰੀਆਂ, ਜਿਵੇਂ ਉਹਨਾਂ ਸਭ ਨੇ ਮਿਲ ਕੇ ਇਹ ਦੱਸਿਆ ਕਿ 3 ਜਨਰੇਸ਼ਨਾਂ ਦੀ ਇਹ ਫੁਲਵਾੜੀ ਇਸ ਮਾਤਾ ਦੀ ਬਦੌਲਤ ਹੈ। ਔਰ ਮੈਂ ਸਮਝਦਾ ਵੀ ਜਦੋਂ ਅਸੀਂ ਮਾਤਾਵਾਂ ਦੇ ਰੋਲ ਦੀ ਗੱਲ ਕਰਦੇ, ਬਹੁਤ ਵਾਰ ਘਰ ਦਾ ਬਹੁਤ ਕੁਛ ਮਾਤਾ ਦੇ ਨਾਲ ਜੁੜਿਆ ਹੋਇਆ। ਜਦੋਂ ਭਾਈ ਕਮਲਜੀਤ ਸਿੰਘ ਥੱਲੇ ਮਿਲੇ, ਮੈਂ ਗਲਵਕੜੀ 'ਚ ਤਾਂ ਉਹਨਾਂ ਨੂੰ ਲਿਆ, ਪਰ ਮੈਂ ਅਫਸੋਸ ਦੇ ਸ਼ਬਦ ਨਹੀਂ ਕਹਿ ਸਕਿਆ, ਕਿਉਂਕਿ ਮੈਂ ਸਮਝਦਾ ਕਿ ਇਹ ਜਿਹੜਾ ਪਾਰਟ ਹੈ ਮਾਂ ਦਾ ਵਿਛੋੜਾ, ਬਿਸ਼ੱਕ ਸਾਡੇ ਸਾਹਮਣੇ ਗੁਰਮਤ ਦਾ ਇੱਕ ਰਸਤਾ ਹੁੰਦੇ, ਲੇਕਿਨ ਇਹਦੇ ਬਾਵਜੂਦ ਜੋ ਕੁਝ ਮਾਂ ਦੇ ਨਾਲ ਜੁੜਿਆ ਹੋਇਆ, ਔਰ ਜੇ ਅਸੀਂ ਗੁਰਮਤ ਦੇ ਹਵਾਲੇ ਨਾਲ ਦੇਖੀਏ ਤੇ ਨਾਨਕ ਭੰਡਾ ਬਾਹਰ ਆ ਇੱਕੋ ਸੱਚਾ ਸੋਈ, ਨੈਕਸਟ ਟੂ ਗੋਡ
ਔਰ ਭਾਈ ਗੁਰਦਾਸ ਇੱਕ ਥਾਂ ਤੇ ਕਹਿੰਦੇ ਨੇ ਕਿ ਜਿਹੜੇ ਮਾਂ ਪਿਓ ਨੂੰ ਤਜਦੇ ਨੇ ਉਹ ਹਥਿਆਰੇ ਨੇ, ਮਰਡਰਰ ਨੇ। ਔਰ ਮੈਂ ਇਹ ਗੱਲ ਐਮਫੇਸਾਈਜ਼ ਕਰਕੇ ਕਹਿਣਾ ਚਾਹੁੰਦਾ ਕਿ ਅੱਜ ਸਾਡੇ ਘਰਾਂ ਦੇ ਵਿੱਚ ਉਹ ਗੁਰਮਤ ਦੀ ਖੁਸ਼ਬੂ ਨਹੀਂ ਹੈ। ਮਾਤਾ ਪਿਤਾ ਨੂੰ ਅਸੀਂ ਵਾਧੂ ਕਮੋਡਿਟੀ ਸਮਝਦੇ ਹਾਂ, ਬਹੁਤ ਸਾਰੇ ਉਹ ਪਰਿਵਾਰ ਧਨ ਨੇ ਜਿੱਥੇ ਮਾਤਾ ਪਿਤਾ ਦੀ ਸੇਵਾ ਹੈ, ਪਰ ਜਿਸ ਘਰ ਦੇ ਵਿੱਚ ਮਾਤਾ ਪਿਤਾ ਦੀ ਸਾਂਭ ਸੰਭਾਲ ਹੈ ਤੇ ਜਿਹੜੀ ਉਹਨਾਂ ਦੀ ਬਰਕਤ ਹੈ, ਬਰਕਤ ਸ਼ਬਦ ਦਾ ਕੋਈ ਅੰਗਰੇਜ਼ੀ ਸ਼ਬਦ ਨਹੀਂ ਹੈ ਜਾਂ ਕਿਸੇ ਹੋਰ ਜ਼ਬਾਨ 'ਚ ਸ਼ਾਇਦ ਨਾ ਹੋਏ, ਉਹ ਉਹੀ ਸਮਝ ਸਕਦੇ ਨੇ ਕਿ ਉਹ ਕਿਹੋ ਜਿਹੀ ਸੰਘਣੀ ਛਾਂ ਹੈ, ਉਹ ਕਿਹੋ ਜਿਹਾ ਬਹਿਸ਼ਤ ਹੈ, ਉਹ ਕਿਹੋ ਜਿਹਾ ਗੁਲਸ਼ਨ ਹੈ ਜਿੱਥੇ ਮਾਂ ਪਿਓ ਖਿੜੇ ਹੁੰਦੇ ਨੇ ਤੇ ਉਹਨਾਂ ਦੀ ਜਿਹੜੀ ਬਰਕਤ ਹੈ ਉਹ ਉਹਨਾਂ ਪਰਿਵਾਰਾਂ ਦੇ ਵਿੱਚ ਅੱਗੋਂ ਤੁਰਦੀ ਹੈ। ਸਤਿਗੁਰੂ ਰਹਿਮਤ ਕਰਨ, ਸਮਾਂ ਕਾਫੀ ਹੋ ਗਿਆ। ਅਸੀਂ ਅੱਜ ਦੇ ਇਸ ਸਾਰੇ ਪ੍ਰੋਗਰਾਮ ਨੂੰ TV 84 ਲਈ ਵੀ ਕਵਰ ਕੀਤਾ ਹੈ। ਮੋਸਟ ਲਾਈਕਲੀ ਆਉਣ ਵਾਲੇ ਸੈਟਰਡੇ ਸ਼ਾਮ ਨੂੰ ਇਹ 2.5 ਘੰਟੇ ਦਾ ਪ੍ਰੋਗਰਾਮ ਅਸੀਂ ਬ੍ਰੌਡਕਾਸਟ ਕਰਾਂਗੇ TV 84 ਚੈਨਲ ਤੋਂ ਵੀ। ਔਰ ਵੀਰ ਕਮਲਜੀਤ ਸਿੰਘ, ਜਸਜੀਤ ਸਿੰਘ, ਜਦੋਂ ਪਿਛਲੇ ਦਿਨਾਂ 'ਚ ਅਸੀਂ TV 84 ਐਨੂਅਲ ਗਾਲਾ ਕੀਤਾ ਹੈ ਅਤੇ ਜਦੋਂ ਇਹਨਾਂ ਨੇ ਸ਼ਬਦ ਕੀਰਤਨ ਗਾਇਨ ਕੀਤਾ, ਬਹੁਤ ਸਾਰੇ ਜਿਹੜੇ ਬਾਹਰੋਂ ਵੀ ਆਏ ਸਨ ਉਹ ਕਹਿਣ ਲੱਗੇ ਜੀ ਕੀਰਤਨ ਤਾਂ ਗੁਰੂ ਦੀ ਦਾਤ ਹੈ, ਗੁਰੂ ਦੀ ਬਖਸ਼ਿਸ਼ ਹੈ, ਪਰ ਜਿਸ ਵਜਦ ਵਿੱਚ ਜਿਵੇਂ ਜੁੜ ਕੇ ਕੀਰਤਨੇ ਕਰਦੇ ਨੇ ਇਵੇਂ ਬਹੁਤ ਘੱਟ ਦੇਖਿਆ ਜਾਂਦੇ। ਮੈਂ ਸਮਝਦਾ ਵੀ ਇਹ ਸਤਿਗੁਰੂ ਦੀ ਰਹਿਮਤ ਹੈ। ਭਾਈ ਸਾਹਿਬ, ਭਾਈ ਪ੍ਰਗਟ ਸਿੰਘ ਜੀ, ਮਾਤਾ ਗੁਰਦੀਸ਼ ਕੌਰ ਜੀ, ਇਹਨਾਂ ਦੀ ਕਮਾਈ ਹੈ ਕਿ ਇਹ ਅੱਗੇ ਦਾਤ ਤੁਰੀਏ। ਬਾਕੀ ਸਾਡਾ ਫਿਰ ਵੀ ਜਿੰਨਾ ਮਰਜ਼ੀ ਸਫਲ ਜੀਵਨ ਹੋਏ, ਗੁਰਮੁਖ ਜੀਵਨ ਹੋਏ, ਇਹ ਗੁਰਮਤ ਦਾ ਆਦੇਸ਼ ਹੈ ਕਿ ਅਸੀਂ ਸਤਿਗੁਰੂ ਦੇ ਅੱਗੇ ਇਹੀ ਅਰਦਾਸ ਕਰਨੀ ਹੈ ਕਿ ਅਲਟੀਮੇਟਲੀ ਗੁਰੂ ਦੇ ਦਰਬਾਰ 'ਚ ਜਿੱਥੇ ਸਤਿਗੁਰੂ ਨੇ ਡਿਸਾਈਡ ਕਰਨਾ ਕਿ ਕੀ ਨੇੜੇ ਕੀ ਦੂਰ, ਉੱਥੇ ਅਸੀਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਵੀ ਕੀਤੀ ਹੈ। ਔਰ ਇਹ ਅਰਦਾਸ ਹਰ ਗੁਰਸਿੱਖ, ਹਰ ਸੰਤ, ਹਰ ਬ੍ਰਹਮ ਗਿਆਨੀ ਔਰ ਹਰ ਜਿਹੜਾ ਮਹਾਂਪੁਰਖ ਹੈ ਉਸਦੇ ਚਲਾਣੇ ਤੋਂ ਬਾਅਦ ਵੀ ਕੀਤੀ ਜਾਂਦੀ ਹੈ। ਔਰ ਇਹੀ ਮੰਗ ਹੈ ਕਿ ਹੇ ਸਤਿਗੁਰੂ ਆਪਣੇ ਚਰਨਾਂ 'ਚ ਨਿਵਾਸ ਦਿਓ ਔਰ ਬਾਕੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ। ਦਿਹੋ ਸਜਨ ਅਸੀਸੜੀਆਂ ਜੋ ਹੋਵੇ ਸਾਹਿਬ ਸੋ ਮੇਲ। ਸਮੁੱਚੇ ਪਰਿਵਾਰ ਵੱਲੋਂ ਵੀ ਸਭ ਸੰਗਤਾਂ ਦਾ, ਕਿਉਂਕਿ ਸਵੇਰ ਤੋਂ ਸੰਸਕਾਰ ਔਰ ਦਰਸ਼ਨ ਔਰ ਕੀਰਤਨ ਸਭ ਨੇ, ਕਿਸੇ ਨੇ ਕਿਸੇ ਸਮਾਗਮ 'ਚ ਸ਼ਮੂਲੀਅਤ ਕੀਤੀ, ਕਿਸੇ ਨੇ ਕਿਸੇ 'ਚ, ਔਰ ਜਿਹੜੇ ਹੁਣ ਤੱਕ ਬੈਠੇ ਨੇ ਸਭ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ, ਭਾਈ ਡਾਕਟਰ ਜੀ। ਔਨ ਬਿਹਾਫ ਆਫ ਆਲ ਦਾ ਗ੍ਰੈਂਡ ਚਿਲਡਰਨ, ਵੀਡ ਲਾਈਕ ਟੂ ਸੇ ਸਮਥਿੰਗ ਅਬਾਊਟ ਆਰ ਗ੍ਰੈਂਡਮਦਰ। I remember when I was about 6 years old, my oldest brother ended up having me go to the hospital due to kidney complications. And because of that, my mother had to stay by his bedside. She decided to call the one person that she knew would come to our aid right away. And that was our grandmother. She would walk me to school. She would take me back from school. She would take care of my brother and I while my father was at work. She would feed us, she would laugh with us, and she would try to make us laugh in any way possible. I know that she would have done that for anybody. And I know that the joy that she brought to my family has really imprinted us all. I think if I could describe my grandmother in one way, in one word, it would be joyful. It's funny how someone that age could be so lively and could just walk into a room and just light everything up. And I know that times are hard, but I'm proud to know this woman for the past 22 years of my life. And what's so unique about a person like this is that the joy that they bring really imprints on a family and the friends that they have. I know that she is in a better place now, but I also know that when I look into my mother's eyes and all my cousins' eyes, and also as well as my Masi and all my mommy G's, I see my grandmother as well. So we should celebrate her life
And the best way that we can possibly celebrate her life is to share the joy, the love, and the care that she shared with us so graciously. Waguru Ji Ka Khalsa, Waguru Ji Ki Fateh. As we all know, Waguru gained another beautiful soul on Monday. My Dadi has been the biggest light in my life, and she continues to shine within me forever. I wanted to share how amazing she was as a person. She touched hearts all around the world and treated everyone as family. She was a part of a big, beautiful family and raised everyone with so much love. She never complained or yelled about anything, and every time she tried, she ended up laughing and making a joke out of it. Everything she said and did was with so much love. I'll miss all the moments I've shared with her, and I'll cherish them in my heart forever. That smile always lit up the whole room and made your day no matter what. This amazing woman carried most of her grandchildren home in her arms from the hospital. She packed lunch for her husband and kids. She has done a tremendous amount of seva. She never let you leave the house without your belly being full. She would always make sure you had enough clothes on to stay warm. She watched basketball games and gave players funny names. In the afternoons, she used to watch Deal or No Deal with Babuji for hours. On her way to doctor appointments, she would listen to rap songs on the radio and try to mimic them. She danced every time she heard an upbeat song. She always did her part and stayed in Jardikala, and I'm happy to know my Dadi is resting peacefully with Waiguji. But it hurts me to know that I'll be saying goodbye to her. Hopefully we can meet again when my time comes. Until then, I hope to be seeing her in my dreams so I can laugh with her, hug and kiss her, and have so much more love from her. I'll make her proud one day and become her master soon. She'll come to all of her grandchildren's graduations and celebrate with them, come to their weddings and dance with them, meet her great-grandchildren and stay in their hearts forever. I love her so much and I just want to thank her for being there and doing everything she has possibly done for our beautiful family. Thank you for teaching me Baat, feeding me cake on my birthday, feeding me with your hands and carrying me in your arms. Thank you for being the best wife, mother, sister, grandmother, and friend there can be. And thank you so much for being such an amazing person. I hope everyone gets someone like her. My family and I have been beyond lucky to be a part of her amazing journey. She was always a fighter and a believer. She's the strongest person I know, and I will always look up to her. I'll miss putting tail in her hair, putting lotion on her back, and massaging her legs. I have too many memories about this angel, and I won't be able to share all of them. But I will cherish them forever and always. So thank you, Dadima, for everything. We love you so much. Waiguru Ji Ka Khalsa, Waiguru Ji Ki Fateh.